ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬੜੀ ਹੀ ਸੀਰੀਅਸ ਪ੍ਰੋਬਲਮ ਦੇ ਉੱਤੇ ਆਕਸੀਜਨ ਲੈਵਲ ਇੱਕ ਇਨਸਾਨ ਦਾ ਕਿ ਆਖਿਰ ਕਿਉਂ ਉਹਨੂੰ ਪ੍ਰੋਬਲਮ ਆਉਂਦੀ ਹੈ ਕਿਉਂ ਉਹਦੀ ਆਕਸੀਜਨ ਘੱਟ ਜਾਂਦੀ ਹੈ ਅਤੇ ਕਿਉਂ ਜਿਹੜਾ ਹੈ ਉਹਦਾ ਦਮ ਘੁੱਟਦਾ ਹੈ ਕਿਉਂ ਉਹਨੂੰ ਫੇਫੜਿਆਂ ਦੀ ਪ੍ਰੋਬਲਮ ਆਉਂਦੀ ਹੈ ਅਤੇ ਜਨਮ ਕੁੰਡਲੀ ਦੇ ਵਿੱਚ ਕਿਹੜੇ ਗ੍ਰਹਿ ਦੇ ਨਾਲ ਇਹ ਸਾਰਾ ਕੁਝ ਜਿਹੜਾ ਹੈ ਇਹਦਾ ਤਾਲਮੇਲ ਬਣਦਾ ਐਂਡ ਤੱਕ ਅਸੀਂ ਇਸ ਚੀਜ਼ ਨੂੰ ਅੱਜ ਦੱਸਾਂਗੇ ਅਤੇ ਕੀ ਰੈਮਡੀਜ਼ ਹੋ ਸਕਦੀਆਂ ਉਹ ਵੀ ਦੱਸਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਚੀਜ਼ ਯਾਦ ਕਰਾ ਦਈਏ 3 ਸਾਲ ਪਹਿਲੇ ਜਦੋਂ ਅਸੀਂ ਪਲਾਂਟਸ ਬਣਾ ਕੇ ਪਲਾਂਟਸ ਸਾਰਿਆਂ ਨੂੰ ਜਿਹੜੇ ਹੈ ਦੇਣੇ ਸ਼ੁਰੂ ਕੀਤੇ ਸੀ ਗਿਫਟ ਕਰਨੇ ਸ਼ੁਰੂ ਕੀਤੇ ਸੀਗੇ ਅਸੀਂ ਸਾਰਿਆਂ ਨੂੰ ਇੱਕੋ ਚੀਜ਼ ਕਹੀ ਸੀ ਕਿ ਪਲੀਜ਼ ਪਲਾਂਟਸ ਲਗਾਓ ਰੋਜ਼ ਕਹਿੰਦੇ ਸੀ ਪਲੀਜ਼ ਪਲਾਂਟਸ ਲਗਾਓ ਅਤੇ ਨਾਲ ਅਸੀਂ ਇਸ ਚੀਜ਼ ਦੀ ਚੇਤਾਵਨੀ ਵੀ ਦਿੱਤੀ ਸੀਗੀ ਕਿ ਰੱਬ ਨਾ ਕਰੇ ਕਿਉਂਕਿ ਪਲਾਂਟਸ ਨੇ ਆਕਸੀਜਨ ਦੇਣੀ ਹੈ ਤੁਸੀਂ ਲਗਾ ਨਹੀਂ ਰਹੇ ਰੱਬ ਨਾ ਕਰੇ ਕਿ ਇੱਕ ਦਿਨ ਆਕਸੀਜਨ ਦੀ ਕਿੱਲਤ ਹੋ ਜਾਏ ਅਸੀਂ ਲੱਖਾਂ ਰੁਪਏ ਲੈ ਕੇ ਫਿਰਦੇ ਹੋਈਏ ਕਿ ਇੱਕ ਸਿਲੰਡਰ ਚਾਹੀਦਾ ਤਾਂ ਸਾਨੂੰ ਕੋਈ ਇੱਕ ਸਿਲੰਡਰ ਵੀ ਨਾ ਮਿਲੇ ਅਤੇ ਸਾਡਾ ਦਮ ਘੁੱਟ ਘੁੱਟ ਕੇ ਅਸੀਂ ਮਰ ਜਾਈਏ ਰੱਬ ਨਾ ਕਰੇ ਇੱਦਾਂ ਆਵੇ ਅਤੇ ਇੱਦਾਂ ਵੀ ਕਦੀ ਹੋ ਸਕਦਾ ਅਸੀਂ 3 ਸਾਲ ਪਹਿਲੇ ਇਹ ਚੀਜ਼ ਕਹੀ ਸੀਗੀ ਅਤੇ ਅੱਜ ਤੁਹਾਡੇ ਸਾਹਮਣੇ ਆ ਅੱਜ ਉਹ ਚੀਜ਼ ਹੋ ਚੁੱਕੀ ਹੈ ਕਿਉਂ ਹੋ ਚੁੱਕੀ ਹੈ ਕਿਉਂਕਿ ਚਾਰੋਂ ਪਾਸੇ ਆਕਸੀਜਨ ਨਹੀਂ ਹੈ ਕਿਉਂ ਹੋ ਚੁੱਕੀ ਹੈ ਕਿਉਂਕਿ ਅਸੀਂ ਸਵੇਰੇ ਸਵੇਰੇ ਨਿਕਲ ਕੇ ਕਿਸੇ ਪਾਰਕ ਦੇ ਵਿੱਚ ਬੈਠ ਕੇ ਯੋਗ ਪ੍ਰਾਣਾਯਾਮ ਨਹੀਂ ਕਰਦੇ ਇੱਕ ਬਾਬਾ ਜੀ ਨੇ ਸ਼ੁਰੂ ਕਰਾਇਆ ਸੀ ਸਾਰਿਆਂ ਨੂੰ ਯੋਗ ਪ੍ਰਾਣਾਯਾਮ ਉਹ ਤੋਂ ਬਾਅਦ ਉਹ ਦੁਕਾਨਦਾਰ ਬਣ ਗਏ ਅਤੇ ਲੋਕਾਂ ਨੇ ਉਹਨਾਂ ਨੂੰ ਨਿੰਦਣਾ ਸ਼ੁਰੂ ਕਰਤਾ ਇਹ ਨਹੀਂ ਦੇਖਿਆ ਕਿ ਉਹਨਾਂ ਨੇ ਕਦੀ ਤੁਹਾਨੂੰ ਸਾਰਿਆਂ ਨੂੰ ਯੋਗਾ ਵੀ ਕਰਾਇਆ ਹੁਣ ਜੇ ਦੁਕਾਨਦਾਰੀ ਕਰਨ ਲੱਗ ਗਏ ਤਾਂ ਕੋਈ ਗੱਲ ਨਹੀਂ ਸਾਰੇ ਕਰਦੇ ਆ ਚਲੋ ਆਪਾਂ ਮੇਨ ਟੌਪਿਕ 'ਤੇ ਆਈਏ ਸੋ ਜਨਮ ਕੁੰਡਲੀ ਦੇ ਵਿੱਚ ਸੇਮ ਸਿਚੁਏਸ਼ਨ ਅੱਜ ਬਹੁਤ ਸਾਰੇ ਲੋਕਾਂ ਦੀ ਆ ਗਈ ਹੈ ਕੁੰਡਲੀ ਦੇ ਵਿੱਚ ਚੌਥਾ ਭਾਵ ਜਿਹੜਾ ਚੈਸਟ ਦੇ ਨਾਲ ਰਿਲੇਟਿਡ ਹੈ ਫੇਫੜੇ ਵੀ ਜਿਹੜੇ ਉਹਦੇ ਨਾਲ ਹੀ ਸੰਬੰਧਿਤ ਆਉਂਦੇ ਆ ਜਦੋਂ ਆਪਾਂ ਸਾਹ ਦੀ ਗੱਲ ਕਰਦੇ ਹਾਂ ਤਾਂ ਮੇਨਲੀ ਚੰਦਰ ਬੁੱਧ ਇਹਦਾ ਆਪਾਂ ਤਾਲਮੇਲ ਦੇਖਦੇ ਹਾਂ ਇਹਨਾਂ ਦੀ ਕਿੱਦਾਂ ਦੀ ਪੋਜੀਸ਼ਨ ਹੈ ਚੰਗੇ ਆ ਮਾੜੇ ਆ ਬੁੱਧ ਵੈਸੇ ਵੀ ਵਾਣੀ ਦੇ ਲਈ ਗੱਲੇ ਲਈ ਆਪਾਂ ਇਹਨੂੰ ਮੰਨਦੇ ਹਾਂ ਸੈਕਿੰਡ ਹਾਊਸ ਵੀ ਆਪਾਂ ਇਹਦੇ ਵਿੱਚ ਦੇਖਦੇ ਹਾਂ ਹੁਣ ਚੌਥਾ ਹਾਊਸ ਜਿਹੜਾ ਮੇਨ ਚੈਸਟ ਦੇ ਨਾਲ ਸਾਡਾ ਸੰਬੰਧਿਤ ਹੈ ਉਹਦੇ ਉੱਤੇ ਦ੍ਰਿਸ਼ਟੀਆਂ ਬੈਡ ਪਲੈਨਟਸ ਦੀਆਂ ਉਹ ਵੀ ਆਪਾਂ ਦੇਖਦੇ ਹਾਂ ਇਹ ਸਾਰਾ ਕੁਝ ਦੇਖ ਕੇ ਇਹਦੇ ਉਪਾਏ ਇਹਦੇ ਦਾਨ ਪੁੰਨ ਸਾਡੇ ਲਈ ਮਸਟ ਹੈਗੇ ਆ ਜ਼ਰੂਰੀ ਹੈਗੇ ਆ ਸੋ ਬੁੱਧ ਜਿਨ੍ਹਾਂ ਦਾ ਖਰਾਬ ਹੁੰਦਾ ਹੈ ਜਿਨ੍ਹਾਂ ਨੂੰ ਆਕਸੀਜਨ ਲੈਵਲ ਦੀ ਪ੍ਰੋਬਲਮ ਆਉਂਦੀ ਹੈ ਜਿਨ੍ਹਾਂ ਨੂੰ ਟੈਨਸ਼ਨ ਹੁੰਦੀ ਹੈ ਡਿਪਰੈਸ਼ਨ ਆਉਣਾ ਸ਼ੁਰੂ ਹੋ ਜਾਂਦਾ ਉਹਨਾਂ ਲਈ ਬੈਸਟ ਰੈਮਡੀ ਹੈ ਕਿ ਸਵੇਰੇ ਸਵੇਰੇ ਤੁਸੀਂ ਕਿਸੇ ਵੀ ਪਾਰਕ ਦੇ ਵਿੱਚ ਬੈਠ ਕੇ ਚਾਰੋਂ ਤਰਫ ਗਰੀਨਰੀ ਦੇਖੋ ਲੰਬੇ ਲੰਬੇ ਸਾਹ ਖਿੱਚੋ ਲੰਬੇ ਲੰਬੇ ਸਾਹ ਛੱਡੋ ਸਭ ਤੋਂ ਜ਼ਿਆਦਾ ਜਿਹੜਾ ਆਕਸੀਜਨ ਦਿੰਦਾ ਪਿੱਪਲ ਦੇ ਪੇੜ ਦੇ ਥੱਲੇ ਬੈਠ ਕੇ ਜੇ 20 ਮਿੰਟਸ ਤੱਕ ਇਹ ਕਿਰਿਆ ਦੁਹਰਾਉਂਦੇ ਹੋ ਤਾਂ ਤੁਹਾਨੂੰ ਜਿਹੜਾ ਤੁਹਾਡੀ ਆਕਸੀਜਨ ਲੈਵਲ ਬਿਲਕੁਲ ਪੂਰਾ ਹੋ ਜਾਏਗਾ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਬਾਕੀ ਇਹਦੇ ਨਾਲ ਨਾਲ ਤੁਸੀਂ ਨੋ ਡਾਊਟ ਜੋ ਸਰਕਾਰਾਂ ਦੀਆਂ ਹਦਾਇਤਾਂ ਹੈਗੀਆਂ ਉਹਨੂੰ ਵੀ ਤੁਸੀਂ ਪਾਲਣ ਕਰਨਾ ਜੇ ਉਹਨੇ ਲੋਕਡਾਊਨ ਲਾਇਆ ਸਰਕਾਰ ਨੇ ਕਿਹਾ 9 ਵਜੇ ਤੋਂ ਬਾਅਦ ਨਹੀਂ ਨਿਕਲਣਾ ਤਾਂ ਪਲੀਜ਼ ਨਾ ਨਿਕਲੋ ਸਰਕਾਰ ਕਹਿੰਦੀ ਹੈ ਮਾਸਕ ਪਾ ਕੇ ਰੱਖੋ ਤਾਂ ਰੱਖੋ ਯਾਰ ਸਾਰੇ ਤੁਸੀਂ ਸੁਰੱਖਿਅਤ ਰਹੋ ਹੁਣ ਗਲੇ ਨਾਲ ਅਤੇ ਵਾਇਸ ਨਾਲ ਰਿਲੇਟਿਡ ਆਪਾਂ ਬੁੱਧ ਗ੍ਰਹਿ ਦੀ ਵੀ ਗੱਲ ਕਰਦੇ ਹਾਂ ਇਹਦੋਂ ਇਲਾਵਾ ਜਿਨ੍ਹਾਂ ਦਾ ਵੀ ਸ਼ਨੀ ਖਰਾਬ ਹੈ ਉਹਨਾਂ ਨੂੰ ਪੇਟ ਦੀ ਪ੍ਰੋਬਲਮ ਜ਼ਰੂਰ ਚੱਲਦੀ ਹੈ ਸੋ ਪੇਟ ਦੀ ਪ੍ਰੋਬਲਮ ਦੇ ਕਾਰਨ ਬਹੁਤ ਸਾਰੇ ਲੋਕ ਇੱਦਾਂ ਦੇ ਅੱਜ ਕੱਲ੍ਹ ਹੈ ਜਿਨ੍ਹਾਂ ਦੇ ਪੇਟ ਦੇ ਵਿੱਚ ਗੈਸ ਬਣ ਰਹੀ ਹੈ ਸਿਰ ਨੂੰ ਚੜ ਰਹੀ ਹੈ ਕਈਆਂ ਦੇ ਗਲੇ 'ਚ ਗੈਸ ਬਣ ਰਹੀ ਹੈ ਜਾ ਰਹੀ ਹੈ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਗਲਾ ਚੋਕ ਹੋ ਰਿਹਾ ਘੁੱਟ ਰਿਹਾ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੇ ਆਕਸੀਜਨ ਲੈਵਲ ਖਤਮ ਹੋ ਰਿਹਾ ਆਕਸੀਮੀਟਰ ਲਾਉਂਦੇ ਆ ਲੇਕਿਨ 95-96 ਤੱਕ ਉਹਨਾਂ ਦੀ ਆਕਸੀਜਨ ਆ ਜਾਂਦੀ ਹੈ ਇਹਦਾ ਮਤਲਬ ਇਹ ਸਾਰਾ ਜਿਹੜਾ ਸਾਈਕੋ ਗੈਸਟਰੋ ਦਾ ਵੀ ਇਸ ਟਾਈਮ ਪੀਰੀਅਡ ਦੇ ਵਿੱਚ ਇਹ ਪ੍ਰੋਬਲਮ ਚੱਲ ਰਹੀ ਹੈ ਸੋ ਹੁਣ ਵੀ ਤੁਹਾਨੂੰ ਇਹੀ ਕਹਾਂਗੇ ਕਿ ਆਪਣੇ ਆਪਣੇ ਸਟਾਰਸ ਦੇ ਮੁਤਾਬਿਕ ਅੱਜ ਤੋਂ ਹੀ ਜੇ ਤੁਸੀਂ ਪਲਾਂਟਸ ਲਗਾਉਣੇ ਸ਼ੁਰੂ ਕਰ ਦਿਉ ਹਾਲਾਂਕਿ ਜਨਮ ਕੁੰਡਲੀ ਦਿਖਾ ਕੇ ਮਾੜੇ ਪਲੈਨਟ ਸਪੈਸ਼ਲੀ 6ਵੇਂ ਅਤੇ 8ਵੇਂ ਦੇ ਜਿਹੜੇ ਸਟਾਰਸ ਮਾੜੇ ਆ ਉਹਨਾਂ ਦੇ ਦਾਨ ਪੁੰਨ ਤੁਹਾਡੇ ਲਈ ਮਸਟ ਹੈਗੇ ਆ ਤਾਂ ਕਿ ਪ੍ਰੋਬਲਮ ਨਾ ਵਧੇ ਪ੍ਰੋਬਲਮ ਨਾ ਆਵੇ ਲੇਕਿਨ ਫਿਰ ਵੀ ਪਲੈਨਟਸ ਦੇ ਮੁਤਾਬਿਕ ਜੇ ਤੁਸੀਂ ਸਟਾਰਸ ਦੇ ਜਿਹੜੇ ਪਲਾਂਟਸ ਲਗਾਉਂਦੇ ਹੋ ਤਾਂ ਬਹੁਤ ਜ਼ਿਆਦਾ ਵਧੀਆ ਰਹੇਗਾ ਬੁੱਧ ਵੈਸੇ ਹੀ ਗਰੀਨਰੀ ਦੇ ਲਈ ਹੈ ਉਹਦੇ ਨਾਲ ਸੂਰਜ ਦੇ ਲਈ ਮਦਾਰ ਲਗਾ ਸਕਦੇ ਹੋ ਚੰਦਰ ਦੇ ਲਈ ਟੱਕ ਦੇ ਲਗਾ ਸਕਦੇ ਹੋ ਮੰਗਲ ਦੇ ਲਈ ਖੈਰ ਜਾਂ ਅਨਾਰ ਲਗਾ ਸਕਦੇ ਹੋ ਬੁੱਧ ਇਟਸੈਲਫ ਦੇ ਲਈ ਲੱਟ ਜੀਰਾ ਜਾਂ ਅਮਰੂਦ ਦਾ ਪੌਦਾ ਲਗਾ ਸਕਦੇ ਹੋ ਬ੍ਰਹਸਪਤੀ ਦੇ ਲਈ ਪਿੱਪਲ ਫਿਰ ਤੁਸੀਂ ਪਪੀਤਾ ਜਾਂ ਫਿਰ ਤੁਸੀਂ ਜਿਹੜਾ ਹੈਗਾ ਸ਼ੁੱਕਰ ਦੇ ਲਈ ਤੁਸੀਂ ਜਿਹੜਾ ਹੈ ਗੁੱਲਰ ਲਗਾ ਸਕਦੇ ਹੋ ਆਂਵਲਾ ਲਗਾ ਸਕਦੇ ਹੋ ਸ਼ਨੀ ਦੇ ਲਈ ਸ਼ਮੀ ਲਗਾ ਸਕਦੇ ਹੋ ਜਾਮਨ ਲਗਾ ਸਕਦੇ ਹੋ ਸੋ ਰਾਹੂ ਦੇ ਲਈ ਤੁਸੀਂ ਜਿਹੜਾ ਹੈਗਾ ਨਿੰਬੂ ਜਾਂ ਇਮਲੀ ਲਗਾ ਸਕਦੇ ਹੋ ਜਾਂ ਦੂਬ ਲਗਾ ਸਕਦੇ ਹੋ ਕੇਤੂ ਦੇ ਲਈ ਅੰਜੀਰ ਲਗਾਠ ਜਾਂ ਕੁਛ ਲਗਾ ਸਕਦੇ ਹੋ ਸੋ ਕਹਿਣ ਦਾ ਇਹ ਭਾਵ ਹੈਗਾ ਕਿ ਹੁਣ ਤਾਂ ਆਕਸੀਜਨ ਸਾਨੂੰ ਪੈਸੇ ਲੈ ਕੇ ਅਸੀਂ ਸਿਲੰਡਰ ਲੱਭਦੇ ਫਿਰਦੇ ਹਾਂ ਪਲੀਜ਼ ਕੱਲ੍ਹ ਇੱਦਾਂ ਨਾ ਹੋਵੇ ਕਿ ਕਿਸੇ ਵੀ ਹਾਲਤ ਦੇ ਵਿੱਚ ਸਾਨੂੰ ਸਿਲੰਡਰ ਵੀ ਨਾ ਮਿਲ ਪਾਵੇ ਅਤੇ ਸਾਡੇ ਦਮ ਘੁੱਟਣਾ ਸ਼ੁਰੂ ਹੋ ਜਾਏ ਅਤੇ ਸਾਡੀ ਲਾਈਫ ਜਿਹੜੀ ਆ ਉਹ ਬਹੁਤ ਜ਼ਿਆਦਾ ਪ੍ਰੋਬਲਮ 'ਚ ਆਉਣੀ ਸ਼ੁਰੂ ਹੋ ਜਾਏ ਇਸ ਲਈ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਪਲੀਜ਼ ਪਲਾਂਟਸ ਲਗਾਉਣੇ ਸ਼ੁਰੂ ਕਰੋ ਜਿੰਨੇ ਵੀ ਲੁਧਿਆਣੇ ਦੇ ਲੋਕ ਹੈ ਤੁਹਾਡੇ ਸਾਰਿਆਂ ਦੇ ਲਈ ਪਲਾਂਟ ਸਾਡੇ ਕੋਲ ਬਿਲਕੁਲ ਫ੍ਰੀ ਹੈਗੇ ਹੈ
हर बंदा एक एक प्लांट साढ़े को बिल्कुल फ्री ले जा सकता है, हर हफ्ते चाहे ले जाओ, एक एक प्लांट लगाते रहो, उसका पालन पोषण करते रहो, ग्रीनरी को बना दो, कंक्रीट के जंगल को खत्म कर दो, लाइफ जरूर ठीक होगी, क्योंकि आप सारे ने बचना है, सारे ने बचाना तो इदा ही पॉसीबल हो पाएगा। सो नाल साड़ी विशेष धोनी जो भी टेंशन डिप्रैशन हैगा सवेरे शाम देख के तुसी गायत्री मंत्र चला सकते हो अद्धा का घंटा, जो साढ़े को आने अजकल कुछ विशेष गिफ्ट भी है थोड़े लिए, वो भी तुसी आके ले सकते हो, साढ़े नंबर स्क्रीन से या टाइम लैके आके मिल सकते हो या टैलीफोनिक अपॉइंटमेंट भी ले सकते हो। जाने तो पहले यही कहोंगे सब तो व्डा दरसा माँ का, जो घरों जाते हो माँ के चरण छुके जाइए, पिता जी का आशीर्वाद लेके जाइए, गुरु जन ने दसे रस्ते तो चलिए, झूठ ना बोलियो, गाला ना कढ़ियो, किसी का माड़ा ना करियो, तकदीर बहुत वधिया हो जाऊगी, धियां नूं कुखां च ना मारियो, हर घर के बाहर एक रुख जरूर लगाइयो, नशियां तो परहेज करियो, तो दसवंद कट के नेक कमां च खर्च करते रहियो, थोड़ी सारी लाइफ बहुत वधिया होगी। कल फिर मिलांगे एक नवे विषय के नाल, नमस्कार।